ਇਸ ਵੇਲੇ ਅਸੀਂ ਖੜ੍ਹੇ ਹਾਂ ਗੜਸ਼ੰਕਰ ਦੇ ਨੰਗਲ ਰੋਡ 'ਤੇ। ਇਹ ਨੰਗਲ ਰੋਡ ਜਿਹੜਾ ਕਿ ਇਸ ਵੇਲੇ ਖੂਨੀ ਰੋਡ ਕਿਹਾ ਜਾਂਦਾ ਹੈ, ਆਏ ਦਿਨ ਹੀ ਇੱਥੇ ਮੌਤਾਂ ਹੁੰਦੀਆਂ ਨੇ। ਤਸਵੀਰਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇੱਕ ਔਰਤ ਸਰਬਜੀਤ ਕੌਰ ਜਿਸ ਦਾ ਨਾਮ ਹੈ ਅਤੇ ਵਾਈਫ ਆਫ ਮੋਹਨ ਸਿੰਘ ਪਿੰਡ ਭੰਮੀਆਂ ਦੀ ਰਹਿਣ ਵਾਲੀ ਹੈ, ਜੋ ਕਿ ਗੜਸ਼ੰਕਰ ਆਈ ਸੀ ਦਵਾ ਦਾਰੂ ਦੇ ਲਈ, ਜੋ ਸਾਈਡ 'ਤੇ ਜਾ ਰਹੇ ਸਨ ਜਿਸ ਦੇ ਉੱਤੇ ਟਰੱਕ ਦੇ ਟਾਇਰ ਦੇ ਥੱਲੇ ਆ ਗਏ ਨੇ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਚੁੱਕੀ ਹੈ। ਤਸਵੀਰਾਂ ਦੇਖ ਸਕਦੇ ਆ, ਗੜਸ਼ੰਕਰ ਪੁਲਿਸ ਜਿਸ ਨੂੰ ਲੈ ਕੇ ਜਾ ਰਹੇ ਨੇ, ਬੋਡੀ ਨੂੰ ਲੈ ਕੇ ਜਾ ਰਹੇ ਨੇ, ਡੈੱਡ ਬੋਡੀ ਨੂੰ ਅਤੇ ਹਸਪਤਾਲ, ਅਤੇ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਹੈ। ਇਹ ਤਸਵੀਰਾਂ ਗੜਸ਼ੰਕਰ ਦੇ ਨੰਗਲ ਰੋਡ ਦੀਆਂ ਤਸਵੀਰਾਂ ਨੇ, ਜਿਸ ਇਸ ਰੋਡ ਨੂੰ ਖੂਨੀ ਰੋਡ ਵੀ ਕਿਹਾ ਜਾਂਦਾ ਹੈ, ਕਿਉਂਕਿ ਦੱਸ ਦਈਏ ਟ੍ਰੈਫਿਕ ਜ਼ਿਆਦਾ ਹੈ ਅਤੇ ਰੋਡ ਵੀ ਛੋਟਾ ਹੈ, ਜਿਸ ਦੇ ਕਾਰਨ ਆਏ ਦਿਨ ਹੀ ਹਾਦਸੇ ਹੁੰਦੇ ਨੇ। ਟਿੱਪਰਾਂ ਦੇ ਥੱਲੇ ਲੋਕ ਆ ਰਹੇ ਨੇ, ਟਰੱਕਾਂ ਦੇ ਥੱਲੇ ਲੋਕ ਆ ਰਹੇ ਨੇ, ਅਤੇ ਮੌਕੇ 'ਤੇ ਹੀ ਪੁਲਿਸ ਪਹੁੰਚ ਚੁੱਕੀ ਹੈ। ਜਿਹੜਾ ਕਿ ਦੱਸਿਆ ਜਾ ਰਿਹਾ ਕਿ ਇਸ ਔਰਤ ਦਾ ਬੈਲੈਂਸ ਵਿਗੜਨ ਦੇ ਨਾਲ, ਇਹ ਜਿਹੜੀ ਕਿ ਸੜਕ 'ਤੇ ਡਿੱਗਣ ਦੇ ਨਾਲ ਜਿਹੜੀ ਮੌਤ ਹੋ ਚੁੱਕੀ ਹੈ। ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆ, ਕਿਉਂਕਿ ਛੋਟੇ ਛੋਟੇ ਰੋਡ ਆ, ਟ੍ਰੈਫਿਕ ਬਹੁਤ ਜ਼ਿਆਦਾ ਕੰਟਰੋਲ ਨਹੀਂ ਹੋ ਰਹੀ ਆ, ਇਸ ਕਰਕੇ ਹਾਦਸੇ ਨਿੱਤ ਹੋ ਰਹੇ ਆ। ਨਿੱਤ ਇਸ ਰੋਡ 'ਤੇ ਐਕਸੀਡੈਂਟ ਹੁੰਦਾ, ਹਮੇਸ਼ਾ ਜ਼ਿਆਦਾਤਰ ਮੌਤ ਹੀ ਹੁੰਦੀ ਆ, ਕਿਉਂਕਿ ਅੱਜ ਵੀ ਤੁਸੀਂ ਦੇਖਿਆ ਇੱਕ ਲੇਡੀ ਵਿਚਾਰੀ ਪੈਦਲ ਜਾ ਰਹੀ ਸੀ, ਉਹ ਚੱਕਰ ਆਉਣ ਕਰਕੇ ਨਾ ਅਤੇ ਡਿੱਗੇ, ਉੱਪਰ ਦੀ ਟਰੱਕ ਲੰਘ ਗਿਆ, ਕਿਉਂਕਿ ਲੰਘਣ ਲਈ ਜਗ੍ਹਾ ਵੀ ਹੈ ਨਹੀਂ, ਨਾ ਟਰੱਕ ਲਈ ਖਾਸੀ ਜਗ੍ਹਾ ਹੈ ਕਿ ਲੰਘਣ ਵਾਸਤੇ, ਡਬਲ ਤਾਂ ਲੰਘ ਨਹੀਂ ਸਕਦਾ, ਕਿਉਂਕਿ 18 ਕੁ ਫੁੱਟ ਚੌੜਾ ਰਸਤਾ, ਸਿਰਫ ਉਨੀ ਕੁ ਟ੍ਰੈਫਿਕ ਲੰਘ ਸਕਦੀ ਹੈ ਜਿੰਨੀ ਕੁ ਹੋਵੇ, ਪਰ ਇੱਥੇ ਜ਼ਿਆਦਾ ਬਹੁਤ ਜ਼ਿਆਦਾ ਟ੍ਰੈਫਿਕ ਆ। ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਦਿਨੇ ਤਾਂ ਟਿੱਪਰਾਂ ਨੂੰ ਬੰਦ ਕੀਤਾ ਜਾਵੇ, ਜਿਹੜੇ ਓਵਰਲੋਡ ਗੱਡੀਆਂ, ਸਿਰਫ ਇੱਕ ਹੀ ਇੱਦਾਂ ਦੀ ਗੱਡੀ ਲੰਘ ਜਾਂਦੀ ਹੈ ਕਿ ਇੰਨੀ ਓਵਰਲੋਡ ਹੁੰਦੀ ਹੈ, ਇੱਕ ਹੀ ਗੱਡੀ ਲੰਘ ਸਕਦੀ ਹੈ, ਇੱਥੇ ਤਾਂ ਫਿਰ ਦੂਜੀ ਪਾਸੇ ਤਾਂ ਆਉਣਾ ਬੰਦ ਹੀ ਹੋ ਜਾਂਦਾ। ਅਜਮੇਰ ਭਨੋੜ, ਦੈਨਿਕ ਸਵੇਰਾ, ਗੜਸ਼ੰਕਰ। ਇਸ ਵੇਲੇ ਅਸੀਂ ਖੜ੍ਹੇ ਹਾਂ ਗੜਸ਼ੰਕਰ ਦੇ ਨੰਗਲ ਰੋਡ 'ਤੇ। ਇਹ ਨੰਗਲ ਰੋਡ ਜਿਹੜਾ ਕਿ ਇਸ ਵੇਲੇ ਖੂਨੀ ਰੋਡ ਕਿਹਾ ਜਾਂਦਾ ਹੈ, ਆਏ ਦਿਨ ਹੀ ਇੱਥੇ ਮੌਤਾਂ ਹੁੰਦੀਆਂ ਨੇ। ਤਸਵੀਰਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਇੱਕ ਔਰਤ ਸਰਬਜੀਤ ਕੌਰ ਜਿਸ ਦਾ ਨਾਮ ਹੈ ਅਤੇ ਵਾਈਫ ਆਫ ਮੋਹਨ ਸਿੰਘ ਪਿੰਡ ਭੰਮੀਆਂ ਦੀ ਰਹਿਣ ਵਾਲੀ ਹੈ, ਜੋ ਕਿ ਗੜਸ਼ੰਕਰ ਆਈ ਸੀ ਦਵਾ ਦਾਰੂ ਦੇ ਲਈ, ਜੋ ਸਾਈਡ 'ਤੇ ਜਾ ਰਹੇ ਸਨ ਜਿਸ ਦੇ ਉੱਤੇ ਟਰੱਕ ਦੇ ਟਾਇਰ ਦੇ ਥੱਲੇ ਆ ਗਏ ਨੇ, ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਚੁੱਕੀ ਹੈ। ਤਸਵੀਰਾਂ ਦੇਖ ਸਕਦੇ ਆ, ਗੜਸ਼ੰਕਰ ਪੁਲਿਸ ਜਿਸ ਨੂੰ ਲੈ ਕੇ ਜਾ ਰਹੇ ਨੇ, ਬੋਡੀ ਨੂੰ ਲੈ ਕੇ ਜਾ ਰਹੇ ਨੇ, ਡੈੱਡ ਬੋਡੀ ਨੂੰ ਅਤੇ ਹਸਪਤਾਲ, ਅਤੇ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਹੈ। ਇਹ ਤਸਵੀਰਾਂ ਗੜਸ਼ੰਕਰ ਦੇ ਨੰਗਲ ਰੋਡ ਦੀਆਂ ਤਸਵੀਰਾਂ ਨੇ, ਜਿਸ ਇਸ ਰੋਡ ਨੂੰ ਖੂਨੀ ਰੋਡ ਵੀ ਕਿਹਾ ਜਾਂਦਾ ਹੈ, ਕਿਉਂਕਿ ਦੱਸ ਦਈਏ ਟ੍ਰੈਫਿਕ ਜ਼ਿਆਦਾ ਹੈ ਅਤੇ ਰੋਡ ਵੀ ਛੋਟਾ ਹੈ, ਜਿਸ ਦੇ ਕਾਰਨ ਆਏ ਦਿਨ ਹੀ ਹਾਦਸੇ ਹੁੰਦੇ ਨੇ। ਟਿੱਪਰਾਂ ਦੇ ਥੱਲੇ ਲੋਕ ਆ ਰਹੇ ਨੇ, ਟਰੱਕਾਂ ਦੇ ਥੱਲੇ ਲੋਕ ਆ ਰਹੇ ਨੇ, ਅਤੇ ਮੌਕੇ 'ਤੇ ਹੀ ਪੁਲਿਸ ਪਹੁੰਚ ਚੁੱਕੀ ਹੈ। ਜਿਹੜਾ ਕਿ ਦੱਸਿਆ ਜਾ ਰਿਹਾ ਕਿ ਇਸ ਔਰਤ ਦਾ ਬੈਲੈਂਸ ਵਿਗੜਨ ਦੇ ਨਾਲ, ਇਹ ਜਿਹੜੀ ਕਿ ਸੜਕ 'ਤੇ ਡਿੱਗਣ ਦੇ ਨਾਲ ਜਿਹੜੀ ਮੌਤ ਹੋ ਚੁੱਕੀ ਹੈ। ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਆ, ਕਿਉਂਕਿ ਛੋਟੇ ਛੋਟੇ ਰੋਡ ਆ, ਟ੍ਰੈਫਿਕ ਬਹੁਤ ਜ਼ਿਆਦਾ ਕੰਟਰੋਲ ਨਹੀਂ ਹੋ ਰਹੀ ਆ, ਇਸ ਕਰਕੇ ਹਾਦਸੇ ਨਿੱਤ ਹੋ ਰਹੇ ਆ। ਨਿੱਤ ਇਸ ਰੋਡ 'ਤੇ ਐਕਸੀਡੈਂਟ ਹੁੰਦਾ, ਹਮੇਸ਼ਾ ਜ਼ਿਆਦਾਤਰ ਮੌਤ ਹੀ ਹੁੰਦੀ ਆ, ਕਿਉਂਕਿ ਅੱਜ ਵੀ ਤੁਸੀਂ ਦੇਖਿਆ ਇੱਕ ਲੇਡੀ ਵਿਚਾਰੀ ਪੈਦਲ ਜਾ ਰਹੀ ਸੀ, ਉਹ ਚੱਕਰ ਆਉਣ ਕਰਕੇ ਨਾ ਅਤੇ ਡਿੱਗੇ, ਉੱਪਰ ਦੀ ਟਰੱਕ ਲੰਘ ਗਿਆ, ਕਿਉਂਕਿ ਲੰਘਣ ਲਈ ਜਗ੍ਹਾ ਵੀ ਹੈ ਨਹੀਂ, ਨਾ ਟਰੱਕ ਲਈ ਖਾਸੀ ਜਗ੍ਹਾ ਹੈ ਕਿ ਲੰਘਣ ਵਾਸਤੇ, ਡਬਲ ਤਾਂ ਲੰਘ ਨਹੀਂ ਸਕਦਾ, ਕਿਉਂਕਿ 18 ਕੁ ਫੁੱਟ ਚੌੜਾ ਰਸਤਾ, ਸਿਰਫ ਉਨੀ ਕੁ ਟ੍ਰੈਫਿਕ ਲੰਘ ਸਕਦੀ ਹੈ ਜਿੰਨੀ ਕੁ ਹੋਵੇ, ਪਰ ਇੱਥੇ ਜ਼ਿਆਦਾ ਬਹੁਤ ਜ਼ਿਆਦਾ ਟ੍ਰੈਫਿਕ ਆ। ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਦਿਨੇ ਤਾਂ ਟਿੱਪਰਾਂ ਨੂੰ ਬੰਦ ਕੀਤਾ ਜਾਵੇ, ਜਿਹੜੇ ਓਵਰਲੋਡ ਗੱਡੀਆਂ, ਸਿਰਫ ਇੱਕ ਹੀ ਇੱਦਾਂ ਦੀ ਗੱਡੀ ਲੰਘ ਜਾਂਦੀ ਹੈ ਕਿ ਇੰਨੀ ਓਵਰਲੋਡ ਹੁੰਦੀ ਹੈ, ਉਹ ਇੱਕ ਹੀ ਗੱਡੀ ਲੰਘ ਸਕਦੀ ਹੈ, ਇੱਥੇ ਤਾਂ ਫਿਰ ਦੂਜੀ ਪਾਸੇ ਤਾਂ ਆਉਣਾ ਬੰਦ ਹੀ ਹੋ ਜਾਂਦਾ। ਅਜਮੇਰ ਭਨੋੜ, ਦੈਨਿਕ ਸਵੇਰਾ, ਗੜਸ਼ੰਕਰ।